ਸਰਕਾਰ ਕੋਲ ਤੇ 10-15 ਦਿਨ ਤੋਂ ਚੱਲਦਾ ਪਿਆ ਕਿ ਦੋ ਧੜੇ ਆਪਣੇ ਸਾਹਮਣੇ ਅਲੱਗ ਅਲੱਗ ਤਰ੍ਹਾਂ ਦੀਆਂ ਘੋਸ਼ਣਾ ਕਰਕੇ ਬੈਠੇ ਨੇ। ਫਿਰ ਉਹਦੇ ਬਾਅਦ ਸਰਕਾਰ ਕਿਉਂ ਸੁੱਤੀ ਰਹੀ? ਸਰਕਾਰ ਅੱਜ ਵੀ ਉੱਥੇ ਜਿਹੜਾ ਪੁਲਿਸ ਦਾ ਪ੍ਰਬੰਧ ਪੂਰਾ ਕਿਉਂ ਨਹੀਂ ਸੀ? ਕਿਆ ਇਸ ਵਾਤਾਵਰਨ ਤੋਂ ਬਚਿਆ ਨਹੀਂ ਜਾ ਸਕਦਾ ਸੀ? ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਫੇਲ ਹੋ ਰਹੇ ਹੋ ਔਰ ਉਹਦੀ ਸਜ਼ਾ ਜਿਹੜੀ ਹੈ ਪੰਜਾਬ ਦੇ ਲੋਕ ਪੁੱਤਰ। ਪਤਾ ਹੋਣ ਦੇ ਬਾਵਜੂਦ ਭਗਵੰਤ ਮਾਨ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ, ਪੰਜਾਬ ਪੁਲਿਸ ਨੂੰ ਚੁੱਪ ਰੱਖਿਆ ਗਿਆ ਔਰ ਜਾਣ ਬੁੱਝ ਕੇ ਇਹ ਅਟੈਕ ਕਰਾਇਆ ਗਿਆ ਹੈ, ਜਾਣ ਬੁੱਝ ਕੇ ਇਹ ਮਾਹੌਲ ਖਰਾਬ ਕੀਤਾ ਗਿਆ, ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਕੋਲ ਤੇ 10-15 ਦਿਨ ਤੋਂ ਚੱਲਦਾ ਪਿਆ ਕਿ ਦੋ ਧੜੇ ਆਪਣੇ ਸਾਹਮਣੇ ਅਲੱਗ ਅਲੱਗ ਤਰ੍ਹਾਂ ਦੀਆਂ ਘੋਸ਼ਣਾ ਕਰਕੇ ਬੈਠੇ ਨੇ। ਫਿਰ ਉਹਦੇ ਬਾਅਦ ਸਰਕਾਰ ਕਿਉਂ ਸੁੱਤੀ ਰਹੀ? ਸਰਕਾਰ ਅੱਜ ਵੀ ਉੱਥੇ ਜਿਹੜਾ ਪੁਲਿਸ ਦਾ ਪ੍ਰਬੰਧ ਪੂਰਾ ਕਿਉਂ ਨਹੀਂ ਸੀ? ਕਿਆ ਇਸ ਵਾਤਾਵਰਨ ਤੋਂ ਬਚਿਆ ਨਹੀਂ ਜਾ ਸਕਦਾ ਸੀ? ਜਾਂ ਮੈਂ ਜਿੱਦਾਂ ਪਹਿਲਾਂ ਕਿਹਾ, ਕਰਜ਼ਾ ਉਤਾਰ ਰਹੇ ਨੇ ਬਾਹਰ ਜਿਹੜੇ ਲੋਕ ਵੱਖਵਾਦੀ ਸੋਚ ਵਾਲੇ ਬਾਹਰ ਬੈਠੇ ਨੇ, ਜਿਨ੍ਹਾਂ ਨੂੰ ਪੰਜਾਬ ਦੇ ਅੰਦਰ ਹਿੰਦੂ ਸਿੱਖ ਏਕਾ ਠੀਕ ਨਹੀਂ ਲੱਗਦਾ, ਜਿਹੜਾ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ, ਕਿਆ ਕਿਤੇ ਉਹਨਾਂ ਦੇ ਹੱਥ ਦੀ ਕਠਪੁਤਲੀ ਤਾਂ ਨਹੀਂ ਬੰਦੇ ਜਾ ਰਹੇ? ਇਹ ਪੁਲਿਸ ਕਿੱਥੇ ਸੀ? ਪ੍ਰਸ਼ਾਸਨ ਕਿੱਥੇ ਸੀ? ਇਹ ਨੋਬਤ ਕਿਉਂ ਆ ਗਈ? ਜਦਕਿ ਇਹ 10 ਦਿਨ ਤੋਂ ਸਾਰੀ ਜਗ੍ਹਾ ਆ ਰਿਹਾ, ਕਿਆ ਇਹਨਾਂ ਦੀ CID ਫੇਲ ਹੋ ਗਈ? ਜਾਂ ਕਿਤੇ ਸ਼ੰਕਾ ਇਹ ਪੈਦਾ ਹੁੰਦੀ ਹੈ ਕਿ ਪੰਨੂ ਸਾਹਿਬ ਨੇ ਇਹ ਸਰਕਾਰ ਬਣਦੇ ਹੋਏ ਜਿਹੜੀ ਇਹ ਗੱਲ ਕਹੀ ਸੀ ਕਿ ਬਈ ਸਰਕਾਰ ਬਣਾਉਣ 'ਚ ਅਸੀਂ ਤੁਹਾਡੀ ਮਦਦ ਕੀਤੀ ਹੈ, ਹੁਣ ਤੁਸੀਂ ਸਾਡੀ ਸੋਚ ਦੀ ਨੂੰ ਅੱਗੇ ਵਧਾਉਣ ਲਈ ਸਾਡੀ ਮਦਦ ਕਰੋ, ਕਿਤੇ ਉਹਦਾ ਨਤੀਜਾ ਤਾਂ ਨਹੀਂ ਹੈ? ਇਹ ਇੱਕ ਸ਼ੰਕਾ ਦੇ ਘੇਰੇ 'ਚ ਹੈ ਸਰਕਾਰ ਪੂਰੀ ਤਰ੍ਹਾਂ ਨਾਲ। ਔਰ ਕਾਨੂੰਨ ਵਿਵਸਥਾ ਨੂੰ ਲੈ ਕੇ ਜਦ ਦੀ ਇਹ ਸਰਕਾਰ ਬਣੀ ਹੈ, ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕਤਲ ਨਾ ਹੋਇਆ ਹੋਏ। ਕਿਤੇ ਇਹ ਤਾਂ ਨਹੀਂ ਕਿ 1.5 ਮਹੀਨੇ ਦੇ ਅੰਦਰ ਇਹ ਸਰਕਾਰ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭੜਕਾਉਣਾ ਤਾਂ ਨਹੀਂ ਚਾਹੁੰਦੀ? ਅੱਜ ਪੂਰੇ ਪੰਜਾਬ ਦੇ ਅੰਦਰ ਬਿਜਲੀ ਦੇ ਮੁੱਦੇ ਨੂੰ ਲੈ ਕੇ ਧਰਨੇ ਲੱਗੇ ਹੋਏ ਨੇ। ਤ੍ਰਾਹੀਮਾਮ ਬਚਿਆ ਹੋਇਆ, ਮੁਫ਼ਤ ਬਿਜਲੀ ਦੇਣ ਵਾਲੇ ਬਿਜਲੀ ਨਹੀਂ ਦੇ ਪਾ ਰਹੇ, 300 ਯੂਨਿਟ ਦਾ ਲਾਲੀਪਪ ਫੜਾਉਣ ਵਾਲੇ ਆਪਣੇ ਵਾਅਦਿਆਂ ਤੋਂ ਮੁੱਕਰ ਰਹੇ ਨੇ। ਕਿਤੇ ਇਹ ਲੋਕ ਸਹੀ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਸੜਕਾਂ ਦੇ ਉੱਤੇ ਘੇਰਨ ਨਾ, ਕਿਤੇ ਉਹਦੀ ਸਾਜਿਸ਼ ਤਾਂ ਨਹੀਂ ਹੈ? ਅਮਨ ਅਤੇ ਸ਼ਾਂਤੀ ਦੀ ਰਾਹ 'ਤੇ ਇਹ ਪੰਜਾਬ ਚੱਲਿਆ ਹੋਇਆ, ਇਹਦੇ ਭਾਈਚਾਰੇ ਨੂੰ ਵੀ ਚੋਟ ਨਾ ਲੱਗਣ ਦਿਓ, ਕਾਨੂੰਨ ਵਿਵਸਥਾ ਦਾ ਰਾਜ ਕਰੋ ਔਰ ਇਹਦੀ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਖਿਰ ਕਿਉਂ ਇਹ ਵਾਤਾਵਰਨ ਅੱਜ ਦਾ ਬਣਿਆ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਨਿਗਾਰ ਵਾਲੇ ਪਾਸੇ ਜਾ ਰਹੀ ਹੈ। ਪਟਿਆਲੇ ਦੀਆਂ ਘਟਨਾਵਾਂ ਵੀ ਰੋਕੀਆਂ ਜਾ ਸਕਦੀਆਂ ਸੀ ਜੇ ਸਰਕਾਰ ਸਮੇਂ ਸਿਰ ਜਾਣਦੀ, ਜੇ ਸਰਕਾਰ ਆਪਣਾ ਸਹੀ ਰੋਲ ਪਲੇ ਕਰਦੀ। ਲੇਕਿਨ ਜੋ ਕੁਝ ਮਹਿਸੂਸ ਹੋ ਰਿਹਾ ਕਿ ਐਡਮਿਨਿਸਟ੍ਰੇਸ਼ਨ ਦੇ ਫੇਲਰ ਦੇ ਨਾਲ, ਸਰਕਾਰ ਦੀ ਨਲਾਇਕੀ ਦੇ ਨਾਲ
ਅੱਜ ਟਕਰਾਅ ਜਿਹੜਾ ਉਹ ਖਤਰਨਾਕ ਹਾਲਾਤ ਦੇ ਉੱਤੇ ਪਹੁੰਚਿਆ, ਜਿਹੜਾ ਕੁਛ ਵੀ ਟਰਨ ਲੈ ਸਕਦਾ। ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਨੀਂਦ ਤੋਂ ਜਾਗੋ, ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਫੇਲ ਹੋ ਰਹੇ ਹੋ ਔਰ ਉਹਦੀ ਸਜ਼ਾ ਜਿਹੜੀ ਹੈ ਪੰਜਾਬ ਦੇ ਲੋਕ ਪੁੱਤਰ। ਇਸ ਕਰਕੇ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਨੂੰ ਪਹਿਚਾਨੋ ਅਤੇ ਜਿਹੜੀ ਪੰਜਾਬ ਦੀ ਲਾਜ ਡਾਕਟਰ ਹੈ ਉਹਨੂੰ ਠੀਕ ਕਰੋ। ਆਪ ਸਭ ਨੂੰ ਬੇਨਤੀ ਕਰਾਂਗਾ ਕਿ ਆਪ ਸਭ ਲੋਕ ਸ਼ਾਂਤੀ ਬਣਾ ਕੇ ਰੱਖੋਗੇ, ਕਿਉਂਕਿ ਗੱਲਬਾਤ ਦੇ ਨਾਲ ਮਸਲੇ ਹੱਲ ਹੋ ਜਾਂਦੇ। ਅਗਰ ਅਸੀਂ ਇੱਕ ਮੰਚ 'ਤੇ ਆ ਕੇ ਇੱਕ ਜਗ੍ਹਾ 'ਤੇ ਬੈਠ ਕੇ ਗੱਲਬਾਤ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਸਾਡੇ ਧਰਮ ਵਾਸਤੇ ਵੀ ਚੰਗਾ ਹੋਏਗਾ ਔਰ ਸਾਡੇ ਪੰਜਾਬ ਵਾਸਤੇ ਵੀ ਚੰਗਾ ਹੋਏਗਾ ਔਰ ਆਮ ਜਨਤਾ ਅਤੇ ਲੋਕਾਂ ਵਾਸਤੇ ਵੀ ਚੰਗਾ ਹੋਏਗਾ। ਔਰ ਉਮੀਦ ਕਰਦਾ ਕਿ ਸਾਰੇ ਪੰਜਾਬੀਆਂ ਭਰਾਵਾਂ ਤੋਂ ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਨੇ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ, ਸਾਰੇ ਜਾਣੇ ਇਕੱਠੇ ਹੈ, ਇਨਸਾਨ ਹੈ ਅਸੀਂ। ਸੋ ਉਮੀਦ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾਏ ਰੱਖੋਗੇ ਐਂਡ ਕਿਸੇ ਤਰੀਕੇ ਦਾ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਹੀਂ। ਜੋ ਅੱਜ ਪਟਿਆਲੇ ਦੇ ਅੰਦਰ ਇਹ ਝੜਪ ਹੋਈ, ਇਸ ਦੀ ਪੂਰੀ ਜਾਣਕਾਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਸੀਗੀ। ਪਟਿਆਲਾ ਪ੍ਰਸ਼ਾਸਨ ਨੂੰ 2 ਦਿਨ ਤੋਂ ਦੱਸਿਆ ਜਾ ਰਿਹਾ ਸੀਗਾ ਔਰ ਇਸ ਦੇ ਬਾਵਜੂਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਉੱਤੋਂ ਆਦੇਸ਼ ਸੀਗੇ ਕਿ ਐਸਾ ਕੁਛ ਨਹੀਂ ਕਰਨਾ ਔਰ ਕਿਸੇ ਵੀ ਤਰੀਕੇ ਪੰਜਾਬ ਦੇ ਇਹ ਜੋ ਸਰਕਾਰ ਬਣੀ ਹੈ ਅਰਬਨ ਨੈਕਸਲਾਈਟ ਲੋਕਾਂ ਦੀ ਸਰਕਾਰ ਆ, ਇਹ ਇਹਨਾਂ ਦੀ ਮਾਨਸਿਕਤਾ ਰਹੀ ਆ ਕਿ ਲੋਕਾਂ ਨੂੰ ਵੰਡੋ, ਡਿਵਾਈਡ ਕਰੋ, ਲੋਕਾਂ ਨੂੰ ਝਗੜਿਆਂ 'ਚ ਪਾਓ, ਲੋਕਾਂ ਨੂੰ ਲੜਾਓ ਔਰ ਸਾਰੇ ਮੁੱਦੇ ਡਿਵਰਟ ਕਰੋ। ਇਹ ਪੰਜਾਬ ਦਾ ਜੋ ਇੰਨਾ ਲੰਬੇ ਸਮੇਂ ਤੋਂ ਆਪਸੀ ਪਿਆਰ, ਮੁਹੱਬਤ, ਆਪਸੀ ਭਾਈਚਾਰਕ ਸਾਂਝ ਸੀਗੀ, ਉਸਨੂੰ ਤੋੜਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ। ਅਸੀਂ ਵਾਰ ਵਾਰ ਕਹਿੰਦੇ ਰਹੇ ਕਿ ਇੱਕ ਅਰਬਨ ਨੈਕਸਲਾਈਟ ਲੋਕ ਨੇ ਔਰ ਇਹ ਲੜਾ ਕੇ ਹੀ ਇਸ ਸੂਬੇ ਦੇ ਉੱਤੇ ਆਪਣਾ ਰਾਜ ਕਾਬੂ ਰੱਖਣਾ ਚਾਹੁੰਦੇ ਨੇ।